ਹਾਂ ਜੀ ਮਿੱਤਰੋ ਤੁਹਾ ਦਾ ਸਵਾਗਤ ਹੈ ਆਪਣੇ YouTube ਚੈਨਲ HK ਅਵਰੇਟ ਤੇ ਤੇ ਅੱਜ ਜਿਸ ਤੁਹਾਡੇ ਲਈ 8ਵੀਂ ਜਮਾਤ ਦਾ ਜੋ ਪੰਜਾਬੀ ਵਿਸ਼ਾ ਪੇਪਰ ਹੋਣਾ ਜੋ ਤੀਸਰਾ ਪੇਪਰ ਆਏਗਾ ਉਹ ਲੈ ਕੇ ਆ ਚੁੱਕੇ ਹਾਂ ਬਿਡੂਫੁੱਲ ਸੋਲਵਰ ਜੇਕਰ ਤੁਸੀਂ ਆਪਣੇ YouTube ਚੈਨਲ ਦਾ ਨਵੇਂ ਤਾਂ ਬਈ ਚੈਨਲ ਸਬਸਕ੍ਰਾਈਬ ਕਰ ਦੋ ਜਿਸੇ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤੇ ਤੁਹਾਨੂੰ ਦੱਸ ਦਈਏ ਜੇਕਰ ਤੁਹਾਨੂੰ ਪੇਪਰ ਦੀ PDF ਚਾਹੀਦੀ ਆ ਉਹ ਵੀ ਬਿਡੂਫੁੱਲ ਸੋਲਵਰ ਤਾਂ ਆਪਣੇ Telegram ਚੈਨਲ ਬਣਾ ਹੋਇਆ ਉਹਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਤੁਸੀਂ ਜਦੋਂ ਤਦ ਕਲਿੱਕ ਕਰਕੇ ਜੁਆਇਨ ਹੋ ਕੇ ਪੇਪਰ ਦੀ ਪੀਡੀਐਫ ਬੇਕਸਾ ਦੋ ਤੇ ਤੁਹਾਨੂੰ ਦੱਸ ਦਈਏ ਪੇਪਰ ਕੁਲ 80 ਅੰਕ ਦਾ ਉੱਤੇ ਸਮਾਂ 3 ਘੰਟੇ ਦਾ ਇਹ ਕੁਝ ਹਦਾਇਤਾਂ ਲਿਖੀਆਂ ਹੋਈਆਂ ਨੇ ਇਹਨਾਂ ਨੂੰ ਧਿਆਨपूर्वक ਪੜ੍ਹ ਕੇ ਫਿਰ ਪ੍ਰਸ਼ਨਾਂ ਦੇ ਹੱਲ ਕਰਨੇ ਹਨ ਪਾਗ ਊੜਾ ਸੁੰਦਲੀ ਖਾਇਦੇ ਬਖਰੇ ਅੰਕ ਦਿੱਤੇ ਜਾਣਗੇ 5 ਅੰਕ ਹੋਣਗੇ ਪ੍ਰਸ਼ਨ ਬੰਦੂ ਪਹਿਲੇ ਨੂੰ ਪੜ੍ਹ ਕੇ ਹੇਠ ਲਿਖੇ ਬਹੁ ਵਿਕਲਪੀ ਪ੍ਰਸ਼ਨ ਵਿੱਚੋਂ ਸਹੀ ਉੱਤਰ ਚੁਣੋ ਪਹਿਲਾ ਹੈਗਾ ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ ਦੇ ਕੀ ਲੱਗਦੇ ਸਨ ਇਹਨਾਂ ਸਜਾ ਜੋ ਆਪਸ਼ਨ ਊੜਾ ਦੋਤਾ ਅਗਰ ਦੂਸਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਿੰ ਜੀ ਦੇ ਰਚੇ ਹੋਏ ਕਿੰਨੇ ਸ਼ਬਦ ਹਨ ਇਹਦਾ ਅਨਸਰ ਆਜੂਆ 218 ਅੱਗੇ ਅਗੇ ਦੂਸਰਾ ਮਤਲਬ ਤੀਸਰਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਨਪਾਉ ਦਾ ਸਾਜ ਕਿਹੜਾ ਹੈ ਇਹਦਾ ਅਨਸਰ ਆਜੂਆ ਸਰੰਦਾ ਮਤਲਬ ਸਸਈਆ ਅੱਗੇ ਗੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਾਕ ਰਚਨਾ ਕਿਹੜੀ ਆ ਇਹਦਾ ਅਨਸਰ ਆਜੂਆ ਸੁਖਮਨੀ ਮਤਲਬ ਆਪਸ਼ਨ 1 ਅੱਗੇ ਗਾ ਪੰਜਵਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਕਿੰਨੇ ਰਾਗਾਂ ਦੀ ਬਾਣੀ ਰਚੀ ਇਹਦਾ ਆਨਸਰ ਆਜੂ ਆਹ 30 ਰਾਗਾਂ ਦੀ ਆਪਾਂ ਅੱਗੇ ਵੱਧਨੇ ਆ ਅੱਗੇ ਇੱਕ ਹੋਰ ਪੈ ਰ ਦਿੱਤਾ ਹੋਊ ਆਪਣੇ ਕੋਲ ਪਹਿਲੇ ਨੂੰ ਪੜ ਕੇ ਹੇਠ ਲਿਖੇ ਬਹੁ ਵਿਕਲਪਾਂ ਦੇ ਉੱਤਰ ਦਿਓ ਮਤਲਬ ਸਹੀ ਵਿਕਲਪ ਚੁਣਨਾ ਪੰਜ ਹੋਣਗੇ ਜਿਵੇਂ ਪਹਿਲਾ ਆ ਗਿਆ ਜਿਵੇਂ ਭਾਰਤੀ ਤਰੱਕੀ ਲਈ ਸਮਾਜ ਦੇ ਹਰ ਪ੍ਰਾਣੀ ਦੀ ਸੋਚ ਕਿਹੋ ਜੀ ਹੋਣੀ ਚਾਹੀਦੀ ਹੈ ਕਿਹੋ ਜੀ ਹੋਣੀ ਚਾਹੀਦੀ ਹੈ ਵਿਗਿਆਨਿਕ ਅਗੇ ਦੂਸਰਾ ਪੁਸ਼ਪਾ ਗੁਜਰਾਤ ਸਾਇੰਸ ਸਿਟੀ ਕਿੱਥੇ ਸਥਿਤ ਹੈ ਇਸ ਦਾ ਸਹੀ ਜਵਾਬ ਊੜਾ ਜਲੰਧਰ ਕਪੂਰਥਲਾ ਸੜਕ ਉੱਤੇ ਇਹ ਸਹੀ ਹੈ ਪਹਿਲੀ ਆਪਸ਼ਨ ਅਗੇ ਦੂਸਰਾ ਤੀਸਰਾ ਪੁਸ਼ਪਾ ਗੁਜਰਾਤ ਸਾਇੰਸ ਸਿਟੀ ਕਿੰਨੇ ਇੱਕੜ ਵਿੱਚ ਬਣਿਆ ਹੈ ਇਸ ਦਾ ਸਹੀ ਜਵਾਬ 72 ਇੱਕੜ ਮਤਲਬ ਆਪਸ਼ਨ ਅੜਾ ਅਗੇ ਪੁਸ਼ਪਾ ਸਾਇੰਸ ਸਿਟੀ ਦੀ ਨੀਂਹ ਪੱਥਰ ਕਦੋਂ ਰੱਖਿਆ ਗਿਆ ਇਸ ਦਾ ਸਹੀ ਜਵਾਬ 17 ਅਕਤੂਬਰ 1997 ਦੇ ਵਿੱਚ ਹੈ ਅਗੇ ਪੰਜਵਾਂ ਪੁਸ਼ਪਾ ਗੁਜਰਾਰ ਪੁਸ਼ਪੋ ਗੁਜਰਾ ਜੀ ਇੰਦਰ ਕੁਮਾਰ ਗੁਜਰਾਲ ਦੀ ਕੀ ਲਗਦੀ ਸੀ ਇਹਨਾਂ ਸajou ਆੜਾ ਮਾਤਾ ਅਗਿਆ ਗਿਆ ਜੋ ਪ੍ਰਸ਼ਨ ਨੰਬਰ 4 ਉਪਰੋਕਤ ਪਹਿਲੇ ਦੇ ਵਿੱਚੋਂ ਕੋਈ ਚਾਰ ਨਾਮ ਅਤੇ ਪਰਨਾਮ ਲਿਖੋ ਪਹਿਲਾ ਨਾਮ ਆਗੇ ਭਾਰਤ ਜਲੰਧਰ ਕਪੂਰਥਲਾ ਪੰਜਾਬ ਸ੍ਰੀ ਇੰਦਰ ਕੁਮਾਰ ਗੁਜਰਾਲ ਇਹ ਨਾਮ ਹੈਗੇ ਅਗੇ ਪਰਨਾਮ ਇਸ ਇਸ ਆਮ ਆਪ ਅਸੀਂ ਤੁਹਾਡੇ ਇਹ ਆਗੇ ਪੜਨਾ ਅੱਗੇ ਆ ਗਿਆ ਪੰਜਵਾਂ ਹੇਠਾਂ ਲਿਖੇ ਪ੍ਰਸ਼ਨ ਵਿੱਚੋਂ ਸਹੀ ਵਿਕਲਪ ਚੁਣ ਕੇ ਲਿਖੋ ਤਿੰਨ ਪ੍ਰਸ਼ਨ ਹੋਣਗੇ ਦੋ ਦੋ ਅੰਕ ਦੇ ਹੋਣ ਵਾਲੇ ਹਨ ਪਹਿਲਾ ਹੈਗਾ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਕਿਹੜਾ ਹੈ ਇਹਨਾਂ ਚ ਕਿਰਿਆ ਹੂਆ ਬਣਾਇਆ ਗਿਆ ਇਹ ਇੱਕ ਕਿਰਿਆ ਅਗਿਆ ਨੌਜਵਾਨ ਇਸ ਸ਼ਬਦ ਦਾ ਇਸਤਰੀ ਲਿੰਗ ਕਿਹੜਾ ਹੈ ਨੌਜਵਾਨ ਦਾ ਇਸਤਰੀ ਲਿੰਗ ਆਜੂ ਮੁਤਿਆਰ ਅੱਗੇ ਆ ਗਿਆ ਤੀਸਰਾ ਹੇਠ ਲਿਖੇ ਵਿੱਚ ਵਿਸ਼ੇਸ਼ਣ ਸ਼ਬਦ ਚੁਣ ਕੇ ਲਿਖੋ ਇਨਾਂ ਦੇ ਵਿਸ਼ੇਸ਼ਣ ਹੈਗਾ ਚੌਥਾ ਬਤ 72 ਏਕੜ ਇਹਦੀ ਵਿਸ਼ੇਸ਼ਤਾ ਅੱਗੇ ਆ ਗਿਆ ਪ੍ਰਸ਼ਨ ਨੰਬਰ 6 ਹੇਠ ਲਿਖੇ ਬਿਸ਼ਰਾਮ ਚਿੰਨ ਲਿਖੋ ਪਹਿਲਾ ਡੰਡੀ ਕਮਾ ਜੋੜਨੀ ਤੇ ਛਤਮੂੜਨੀ ਇਹ ਤੁਹਾਨੂੰ ਕਰਾ ਦਿੰਦੇ ਨੇ ਡੰਡੀ ਡੰਡੀ ਸਪਕਾ ਹੁੰਦੀ ਹੈ ਅੱਗੇ ਹੈ ਗਿਆ ਕਮਾ ਇਹ ਕਮਾ ਹੋ ਗਿਆ ਅੱਗੇ ਜੋੜਨੀ ਜੋੜਨੀ ਕਰਾ ਦਿੰਦੇ ਤੁਹਾਨੂੰ ਇਹ ਜੋੜਨੀ ਆ ਗਈ ਤੇ ਅੱਗੇ ਛੁੱਟ ਮੋੜਨੀ ਇਹ ਆ ਉੱਤੇ ਉੱਤੇ ਤਰਫ ਹੁੰਦੀ ਆ ਆਈ ਜਿਹ ਹੁੰਦੀ ਆ ਤੇ ਅਸੀਂ ਤੁਹਾਨੂੰ ਆ ਚਾਰ ਹੀ ਕਰਵਾ ਦਿੱਤੇ ਨੇ ਤੇ ਚਾਰ ਹੀ ਕੀ ਅੰਕ ਦੇ ਆਉਣਗੇ ਅੱਗੇ ਆ ਗਿਆ ਵਿਰੋਧੀ ਸ਼ਬਦਾਂ ਦਾ ਮਿਲਾਨ ਕਰੋ 6 ਹੋਣਗੇ ਇਹਨਾਂ ਤੁਸੀਂ ਨੇ ਆਪਸ ਵਿੱਚ ਮਿਲਾਨ ਕਰਨਾ ਹੈ ਵਿਗਿਆਨ ਆਜੂਗਾ ਵਿਗਿਆਨ ਆਜੂਗਾ ਅ ਵਿਗਿਆਨ ਨਿਕ ਅ ਵਿਗਿਆਨ ਨਿਕ ਨਾਲ ਮਿਲ ਜੂਗਾ ਇਹ ਮਿਲਾ ਦੇਨੇ ਆਪਾਂ ਅਗਿਆਨ ਗਿਆਨ ਗਿਆਨ ਆਜੂ ਅਗਿਆਨ ਮਤ ਇਹਦਾ ਵਿਰੋਧੀ ਸ਼ਬਦ ਅਗਿਆਨ ਆਜੂਆ ਅਗਿਆ ਇਸ ਇਸ ਦਾ ਉਹ ਆਜੂ ਖਾਸ ਇਹਦਾ ਖਾਸ ਇਸ ਇਸ ਦਾ ਉਸਾ ਹੂਆ ਅਗਿਆ ਆਮ ਆਮ ਦਾਜੂ ਖਾਸ ਅਗਿਆ ਨੌਜਵਾਨ ਨੌਜਵਾਨ ਦਾ ਆਜੂਆ ਬੁੱਢਾ ਅਗਿਆ ਗਿਆ ਖੁੱਲਾ ਬੰਦ ਇਸ ਪਕਾ ਤੁਸੀਂ ਮਿਲਾਓ ਚ ਨਿਕਾਲ ਲੈਨੇ ਵਿਰੋਧੀ ਸ਼ਬਦਾਂ ਵਾਲੇ ਅਗਿਆ ਗਿਆ ਪਗ ਅੜਾ ਹੀਠ ਲਿਖੇ 17 ਦਾ ਭਾਵ ਸਪਸ਼ਟ ਕਰੋ ਦੋ ਅੰਕਾਂ ਦੇ ਹੋਣਗੇ ਆ 217 ਦੇਖਦੇ ਹੋਏ ਇਹਨਾਂ ਵਿੱਚ ਤੁਸ ਕੋਈ ਇੱਕ ਕਰਨੀ ਹੈ ਜੇ ਪਹਿਲੀ ਹੈਗੇ ਲਹੂ ਦੇ ਰੰਗ ਲਹੂਆਂ ਦੇ ਸੰਗ ਲਿਖੀ ਗਈ ਹੈ ਲਿਖੀ ਗਈ ਹੈ ਅਨਖ ਤੇਰੀ ਦੀ ਲੰਮੀ ਕਥਾ ਇਸ ਦੀ ਪਸੰਗ ਹੈਗੀ ਹੈ ਮਤਲਬ ਵਿਆਖਿਆ ਹੈਗੀ ਹੈ ਅਸੀਂ ਭਾਰਤ ਮਾਤਾ ਦੀ ਸਦਾ ਜੈ ਜੈਕਾਰ ਕਰਦੇ ਹਾਂ ਦੇਸ਼ ਭਗਤਾ ਨੇ ਇਸ ਦੀ ਅਨਖ ਤੇ ਆਜ਼ਾਦੀ ਦੀ ਰਾਖੀ ਖਾਤਰ ਜਿਸ ਤਰ੍ਹਾਂ ਆਪਣਾ ਖੂਨ ਦੋਲਿਆ ਹੈ ਉਸਦੀ ਕਹਾਣੀ ਬਹੁਤ ਲੰਮੀ ਹੈ ਅਗੇ ਆਪਸ਼ਨ ਦੇ ਵਿੱਚ ਹੈਗੀ ਆ ਲਾਤੂ ਬਾਗ ਬਾਂਗੂ ਤੁਰੀ ਦਵਾਲੇ ਰਹਾ ਘੁੰਮਦੀ ਆਪਣੀ ਚਾਲੇ ਕਮਨ ਕਾਰਨ ਦਿਨ ਤੇ ਰਾਤ 바ੜੂ ਬਾਰੀ ਮਾਰਨੇ ਚਾਰ ਇਧਿਆ ਇਹਦਾ ਸਹਲ ਹੱਜੂਆ ਤਰਤੀ ਕਹਿੰਦੀ ਹੈ ਮੈਂ ਲੱ ਮੈਂ ਲਾਤੂ ਬਾਗ ਆਪਣੀ ਤੁਰੀ ਦਵਾਲੇ ਤੁਰੀ ਦਵਾਲੇ ਆਪਣੀ ਚੱਲੀ ਚਾਲ ਵਿੱਚ ਘੁੰਮਦੀ ਰਹਿੰਦੀ ਹਾਂ ਮੇਰੇ ਕੋ ਮਨਨ ਹਿੱਤ ਬਾਰੂ ਬਾਲੀ ਦਿਨ ਤੇ ਰਾਤ ਬੰਦੇ ਹਨ। ਉਹ ਕਿ ਪ੍ਰਸ਼ਨ ਨੰਬਰ 9 ਆ ਗਿਆ। ਇਹ ਤਰੀਕੇ ਪ੍ਰਸ਼ਨਾਂ ਵਿੱਚੋਂ ਕੋਈ ਪੰਜ ਪ੍ਰਸ਼ਨ ਦੇ ਉੱਤਰ ਦਿਓ। ਦੋ-ਦੋ ਅੰਕ ਦੇ ਹੋਣਗੇ। ਜਿਵੇਂ ਆ ਗਿਆ ਪਹਿਲਾ ਪ੍ਰਸ਼ਨ ਇਹ ਤੁਹਾਨੂੰ ਕਰਵਾ ਦਿੰਨੇ ਆ। ਹੁਣ ਪਹਿਲੇ ਪ੍ਰਸ਼ਨ ਕਰਵਾਉਂਦਾ ਤੁਹਾਨੂੰ। ਪਹਿਲੇ ਦਾ ਪਹਿਲਾ ਪ੍ਰਸ਼ਨ ਹੈਗਾ ਲੇਖਕ ਅਤੇ ਉਸ ਦੀ ਭੈਣ ਨੂੰ ਬਚਪਨ ਵਿੱਚ ਹਰ ਰੋਜ਼ ਕਿੱਥੇ ਜਾਣਾ ਪੈਂਦਾ ਸੀ ਤੇ ਕਿਉਂ? ਇਦਾਂ ਸਾਜੂਆ ਲੇਖਕ ਅਤੇ ਉਸ ਦੀ ਭੈਣ ਨੂੰ ਹਰ ਰੋਜ਼ ਇੱਕ ਬਾਰੀ ਡਰਾਉਣੀ ਜਰਨੈਲੀ ਸੜਕ ਪਰ ਕਰਕੇ ਖੇਤ ਜਾਣਾ ਪੈਂਦਾ ਸੀ ਕਿਉਂਕਿ ਉੱਥੇ ਉਹਨਾਂ ਨੂੰ ਕੰਮੇ ਕਰਦੇ ਬਾਪੂ ਤੇ ਬਾਪੂ ਅਤੇ ਕੰਮੇ ਰੂਤੀ ਫੜਾਉਣੀ ਪੈਂਦੀ ਸੀ ਤੇ ਚਲੋ ਆ ਤੁਹਾਨੂੰ ਆਪਾਂ ਵੀਡੀਓ ਦਾ ਐਡੀਟ ਕਰਵਾ ਦਵਾਂਗਾ ਕਿਉਂਕਿ ਇਹ ਤੁਹਾਨੂੰ ਆਪਾਂ ਲਿਖ ਕੇ ਦਿਖਾਵਾਂਗੇ ਇਹਨਾਂ ਦੇ ਅਨਸਰ ਕਈ ਵਾਰ ਕੋਈ ਵਿਦਿਆਰਥੀ ਮਿਸਟੇਕ ਹੋ ਜਾਂਦੀ ਹੈ ਅਗੇ ਮੁਹਾਵਲੇ ਇਹ ਵੀ ਤੁਹਾਨੂੰ ਆਪਾਂ ਕਰਵਾ ਦਵਾਂਗੇ ਲਿਖ ਕੇ ਅੱਗੇ ਅਗੇ ਗੈਰਮਾ ਹੇਠ ਲਿਖੇ ਵਾਕਾਂ ਵਿੱਚੋਂ ਪੜਨਾਮ ਚੁਣ ਕੇ ਲਿਖੋ ਇਹ ਜੇ ਪੜਨਾਮ ਆਜੂਗਾ ਮਤਲਬ ਉਸ ਉਸੇ ਤੋਂ ਆ ਗਿਆ ਪੜਨਾਮ ਇਹ ਪੜਨਾਮਾ ਇਹ ਤੁਸੀਂ ਲਿਖੋ ਨਾ ਤੁਹਾਡੇ ਆਸਾਨੀ ਨਾਲ 1 ਨੰਬਰ ਆ ਜਾਊਗਾ ਅੱਗੇ ਲਿਖਾਗੇ ਇਹ ਤੁਸੀਂ ਦੇਖ ਲਓ ਲਿਖ ਕੇ ਰੱਖੇ ਨੇ ਪੰਜ ਲੇਖ ਹੋਣਗੇ ਤੇ ਅੱਗੇ ਆ ਕੇ ਆਹ ਮਤਲਬ ਦੋ ਅਜੇ ਹੋਣਗੇ ਜਿਨ੍ਹਾਂ ਤੁਸੀਂ ਇੱਕਾਂ ਨਹੀਂ ਹੋ ਛੇ ਅੰਕ ਦੇ ਹੋਣਗੇ ਅੱਗੇ ਆ ਕੇ ਡੱਬਾ ਇਹਦੇ ਵਿੱਚ ਤੁਸੀਂ ਅੱਠ ਸ਼ਬਦ ਲਿਖਨੇ ਹਨ ਮਤਲਬ ਅੱਠ ਸ਼ਬਦ ਲੱਭ ਕੇ ਲਿਖਨੇ ਨੇ ਚਾਰ ਅੰਕ ਦੇ ਹੋਣਗੇ ਤੇ ਅੱਗੇ ਆ ਕੇ ਨਾਮ ਅਤੇ ਪੜਨਾਮ ਇਹ ਵੀ ਤੁਹਾਨੂੰ ਚਲੋ ਆਪਾਂ ਕਰਵਾ ਦਿੰਨੇ ਆ ਪ੍ਰਸ਼ਨ ਨੰਬਰ 9 ਤੋਂ ਸਟਾਰਟ ਕਰਦੇ ਆਂ। ਇਹ ਤਰੀਕੇ ਪ੍ਰਸ਼ਨਾਂ ਵਿੱਚੋਂ ਕੋਈ ਪੰਜ ਪ੍ਰਸ਼ਨ ਦੇ ਉੱਤਰ ਦੇ। ਆਪ੍ਰੇਸ਼ਨ ਨੰਬਰ 1 ਸੀ। ਮਤਲਬ ਉਹੜਾ ਕੈਸਾ ਹੈ ਆਪਾਂ? ਲੇਖਕ ਅਤੇ ਉਸ ਦੀ ਪੈਣ ਨੂੰ ਬਚਪਨ ਵਿੱਚ ਹਰ ਰੋਜ਼ ਕਿੱਥੇ ਜਾਣਾ ਪੈਂਦਾ ਸੀ ਅਤੇ ਕਿਉਂ? ਇਸ ਦਾ ਅਸਰ ਜੋ ਲੇਖਕ ਅਤੇ ਉਸ ਦੀ ਪੈਣ ਨੂੰ ਹਰ ਰੋਜ਼ ਇੱਕ ਵਾਰੀ ਡਰਾਉਣੀ ਜਰਨੈਲੀ ਸੜਕ ਪਾਰ ਕਰਕੇ ਖੇਤ ਵਿੱਚ ਜਾਣਾ ਪੈਂਦਾ ਸੀ ਕਿਉਂਕਿ ਉੱਥੇ ਉਹਨਾਂ ਨੇ ਕੰਮ ਕਰਦੇ ਬਾਪੂ ਅਤੇ ਕਾਮੇ ਨੂੰ ਰੋਟੀ ਫੜਾਉਣੀ ਹੁੰਦੀ ਸੀ। ਅਗੇ ਦੂਸਰਾ ਪ੍ਰਸ਼ਨ ਆ ਗਿਆ ਆੜਾ ਕੈਸੇ ਰਹਾ ਪਿਆ ਗੁਰੂ ਅਰਜਨ ਦੇਵ ਜੀ ਦੀ ਸਾਹਿਕਾ ਰਚਨਾ ਕਿਹੜੀ ਹੈ ਉਸ ਬਾਰੇ ਕੁਝ ਸਤਰਾਂ ਲਿਖੋ ਇਹਦਾ ਸਰੂਆ ਸੁਖਮਨੀ ਗੁਰੂ ਅਰਜਨ ਦੇਵ ਜੀ ਦੀ ਸਾਹਿਕਾ ਰਚਨਾ ਹੈ ਇਸ ਵਿੱਚ ਬਹੁਤ ਸਾਰੇ ਧੰਗ ਨਾਲ ਨਾਮ ਸਿਮਰਨ ਨਾਮ ਸਿਮਰਨ ਸੰਤ ਪ੍ਰਭਗਤ ਬ੍ਰਾਹਮਣ ਗਿਆਨ ਗਿਆਨ ਤੇ ਜੀਵਨ ਜੁਕਤ ਆਦਿ ਸੰਬੰਧੀ ਵਿਚਾਰ ਪੇਸ਼ ਕੀਤੇ ਗਏ ਹਨ ਅਗੇ ਈੜੀ ਪ੍ਰਸ਼ਨ ਆ ਗਿਆ ਰੂਪਨਗਰ ਕਿਹੜੇ ਦਰਿਆ ਦੇ ਦਰਿਆ ਉੱਤੇ ਬਸਿਆ ਹੋਇਆ ਹੈ ਅਤੇ ਇਹ ਦਰਿਆ ਵਿੱਚੋਂ ਕਿਹੜੇ-ਕਿਹੜੀਆਂ ਨਹਿਰਾਂ ਕੱਦੀਆਂ ਗਈਆਂ ਹਨ ਰੂਪਨਗਰ ਸਤ루ਦ ਰਿਆ ਤੇ ਕੰਡੇ ਉੱਤੇ ਤੇ ਸਥਿਤ ਹੈ ਇੱਥੇ ਇਸ ਦਰਿਆ ਵਿੱਚੋਂ ਸਰਹਿੰਦ ਨਹਿਰ ਅਤੇ ਬਿਸਤ ਦੁਆਬ ਨਹਿਰ ਕੱਦੀਆਂ ਗਈਆਂ ਹਨ ਉੰਜ ਗੱਲ ਪਾਖੜਾ ਦੇਬ ਅਤੇ ਤੋਂ ਕੱਢੀ ਗਈ ਪਾਖੜਾ ਨਹਿਰ ਵੀ ਇਸ ਸਹਿਲ ਦੇ ਕੋਲੋਂ ਹੀ ਲੰਘਦੀ ਹੈ ਅੱਗੇ ਅਕਾ ਚੌਥਾ ਰਵਿੰਦਰ ਨਾਥ ਟੈਗੋਰ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਉਹਨਾਂ ਦੇ ਬਚਪਨ ਕਿਵੇਂ ਬੀਤਿਆ ਗਿਰਾ ਸਜੂਆ ਰਵਿੰਦਰਨਾਥ ਟੈਗੋਰ ਦਾ ਜਨਮ 7 ਮਈ 1961 ਈਸਵੀ ਨੂੰ ਕੋਲਕਾਤਾ ਵਿਖੇ ਹੋਇਆ ਆਪ ਦੇ ਪਿਤਾ ਦੇਵਿੰਦਰਨਾਥ ਇੱਕ ਵੱਡੇ ਵਪਾਰੀ ਸਨ ਇਸ ਕੈ ਆਪ ਦਾ ਪਾਲਨ ਰਾਜਕੁਮਾਰਾ ਬੰਗ ਹੋਇਆ ਟੈਗੋਰ ਦਾ ਬਚਪਨ ਮਹਿਲਾ ਵਰਗੇ ਘਰ ਵਿੱਚ ਬੀਤਿਆ ਆਪ ਨੇ ਆਪਣੇ 13 ਭੈਣ ਭਰਾ ਆਪ ਤੋਂ ਵੱਡੇ ਸਨ ਆਪ ਉਹਨਾਂ ਸਾਰੇ ਭੈਣ ਭਰਾਵਾਂ ਨਾਲ ਰਸਤੇ ਖੇੜੇ ਦੇ ਸਨ ਸਕੂਲ ਵਿੱਚ ਆਪ ਦਾ ਦਿਲ ਨਾਲ ਲੱਗਨ ਕਰਕੇ ਆਪ ਦੀ ਪੜ੍ਹਾਈ ਦਾ ਪ੍ਰਬੰਧ ਵੀ ਕਰ ਵਿੱਚ ਹੀ ਕੀਤਾ ਗਿਆ ਅਗੇ ਮੇਜਰ ਤੇ ਧਿਆਨ ਚੰਦ ਨੂੰ ਹਾਕੀ ਦਾ ਹਾਕੀ ਖੇਡਣ ਦਾ ਸ਼ੌਕ ਕਿਵੇਂ ਪੈਦਾ ਹੋਇਆ ਇਹ ਦਾ ਅਸਰ ਧਿਆਨ ਚੰਦ ਨੂੰ ਹਾਕੀ ਖੇਡਣ ਦਾ ਸ਼ੌਕ 16 ਕੁ ਉਮਰ ਸਾਲ ਦੀ ਉਸ ਉਮਰ ਵਿੱਚ ਫੌਜ ਵਿੱਚ ਭਰਤੀ ਹੋਣ ਮਗਰੋਂ ਪੈਦਾ ਹੋਇਆ ਫੌਜ ਵਿੱਚ ਭਰਤੀ ਹੋ ਕੇ ਉਸ ਨੇ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ ਤੇ ਫੌਜ ਵੱਲੋਂ ਕਰਵਾਏ ਟੂਰਨਾਮੈਂਟ ਵਿੱਚ ਹਿੱਸਾ ਲੈਣ ਲੱਗਾ ਉਸਨੇ ਆਪਣੀ ਖੇਡ ਕਰਾਦਾ ਜੀਹ ਮੁਜਾਹਰਾ ਕੀਤਾ ਕਿ ਕੌਮੀ ਪੱਧਰ ਤੇ ਹਾਕੀ ਵਿੱਚ ਉਸ ਦਾ ਜ਼ਿਕਰ ਹੋਣ ਲੱਗਾ ਐਕਸਪ੍ਰੈਸ਼ਨ ਆਪਕ 3D ਸ਼ੋ ਕੀ ਹੈ ਲੇਜ਼ਰ ਦੀ ਵਰਤੋਂ ਕਿੱਥੇ-ਕਿੱਥੇ ਹੁੰਦੀ ਹੈ ਇਰਾਸਾ ਜੁਆ ਸਾਇੰਸ ਸਿਟੀ ਵਿੱਚ 3D 3D ਸ਼ੋ ਸਪੇਸ ਐਨਕਾ ਬਾਰੇ ਦੇਖਿਆ ਜਾਂਦਾ ਹੈ ਐਨਕਾ ਨਾਲ ਦੇਖਿਆ ਜਾਂਦਾ ਹੈ ਇਹ ਕਮਾਲ ਦੇ ਸ਼ੋ ਵਿੱਚ 78 ਵਿੱਚ ਬੈਠੀਆਂ ਦਰਸ਼ਕਾਂ ਨੂੰ ਇੰਜ ਲੱਗੇਗਾ ਜਿਵੇਂ ਫਿਲਮ ਦੇ ਕਿਰਦਾਰ ਸਕਰੀਨ ਤੋਂ ਬਾਹਰ ਆ ਕੇ ਉਹਨਾਂ ਨੂੰ ਉਹਨਾਂ ਨੂੰ ਛੂਹ ਰਹੇ ਹਨ ਲੇਜੇ ਕਿੰਨਾਂ ਦੀ ਬੱਤੋ ਉਜੋਗ ਅਤੇ ਉਹਨਾਂ ਦੇ ਜੀਵਨ ਲਈ ਬਹੁਤ ਹੀ ਲਾਭਕਾਰੀ ਹੈ ਲੇਜ਼ਰ ਅੱਖਾਂ ਦੇ ਰੈਟੀਨਾ ਬਿਲਡਿੰਗ ਕੈਂਸਰ ਥੈਰੇਪੀ ਅਤੇ ਚੀਰਾ ਰਹਿਤ ਆਪਰੇਸ਼ਨ ਵਿੱਚ ਵਰਤੇ ਜਾਂਦੇ ਹਨ ਇਹ ਪ੍ਰਸ਼ਨਵਖ ਮੱਜ ਕੱਟੇ ਨੂੰ ਕਿਵੇਂ ਮਮਤਾ ਬਿਖਾ ਰਹੀ ਸੀ ਇਹ ਤਾਂ ਸਜੂਆ ਮੱਝ ਕੱਤੇ ਨੂੰ ਬੜੇ ਪਿਆਰ ਨਾਲ ਚੱਟ ਕੇ ਮਮਤਾ ਵਿਖਾ ਰਹੀ ਸੀ ਉਹ ਉਸਦੇ ਉਹ ਉਸਦੇ ਮਿੱਟੀ ਨਾਲ ਲਿਬੜੇ ਪਿੰਡੇ ਨੂੰ ਆਪਣੀ ਜੀਭ ਨਾਲ ਸਾਫ਼ ਕਰ ਰਹੀ ਸੀ ਉਹ ਕਦੇ ਉਸ ਦੀ ਅੱਖਾਂ ਕਦੇ ਮੱਥੇ ਤੇ ਕਦੇ ਕੰਨ ਨੂੰ ਚੱਟ ਕੇ ਕਦੇ ਪੁੱਛ-ਪੁੱਛ ਕਰਦੀ ਹੋਈ ਉਸ ਦੇ ਸਾਰੇ ਪਿੰਡੇ ਤੇ ਜੀਭ ਫੇਰਦੀ ਸੀ ਅਗੇ ਪ੍ਰਸ਼ਨ ਬਦਲਦਾ ਗਿਆ ਕੋਈ ਪੰਜ ਮੁਹਾਵਰੇ ਕਰਨੇ ਹਨ ਆਪੇ ਕੋ ਸੱਤ ਦਿੱਤੇ ਹੋਏ ਹਨ ਜੇ ਪਹਿਲਾ ਹੈਗਾ ਉਂਗਲਾਂ ਤੇ ਨਚਾਉਣਾ ਇਹਦਾ मीनिंग ਹੁੰਦਾ ਬਸ ਵਿੱਚ ਕਰਨਾ ਗੀਤਾ ਇੰਨੀ ਚੁਸਤ ਚਲਾਕ ਹੈ ਕਿ ਉਸਨੇ ਆਪਣੀ ਨੂਤ ਨੂੰ ਉਂਗਲਾਂ ਤੇ ਨਚਾਉਂਦੀ ਹੈ ਅਗੇ ਇੱਕ ਅੱਖ ਨਾਲ ਦੇਖਣਾ ਮਤਲਬ ਸਭ ਨੂੰ ਇੱਕੋ ਜਿਹਾ ਸਮਝਣਾ ਮਹਾਰਾਜਾ ਰਣਜੀਤ ਸਿੰਘ ਹਿੰਦੂਆਂ ਸਿੱਖਾਂ ਤੇ ਮੁਸਲਮਾਨਾਂ ਨੂੰ ਇੱਕ ਅੱਖ ਨਾਲ ਦੇਖਦਾ ਸੀ ਅਗੇ ਸਿਰ ਫੇਰਨਾ ਮਤਲਬ ਇਨਕਾਰ ਕਰਨਾ ਜਦੋਂ ਮੈਂ ਜਦੋਂ ਮੈਂ ਉਸ ਤੋਂ 50 50 100 ਰੁਪਏ ਉਧਾਰ ਮੰਗੇ ਤਾਂ ਉਸਨੇ ਫਿਰ ਉਸਨੇ ਸਿਰ ਫੇਰ ਲਿਆ ਪਿਆਰ ਦਿੱਤਾ ਆਪਾਂ ਕਿ ਲਿਖਦੇ ਆਂ ਖੁੰਬ ਥੱਪਨੀ ਮਤਲਬ ਅਕਰਪੰਨੀ ਮੈਂ ਉਸ ਨੂੰ ਖਰੀਆ-ਖਰੀਆ ਸੁਣਾ ਕੇ ਉਸ ਦੀ ਖੂਬ ਖੂਬ ਖੁੰਬ ਥੱਪੀ ਅਗੇ ਚੱਦ ਦੇਖ ਕੇ ਪੈਰ ਪਸਾਨੇ ਆਮਦਨ ਅਨੁਸਾਰ ਖਰਚ ਕਰਨਾ ਤੁਹਾਨੂੰ ਬਾਜ਼ਾਰ ਵਿੱਚੋਂ ਸਮਾਨ ਖਰੀਦਦੇ ਸਮੇਂ ਚੱਦ ਦੇਖ ਕੇ ਪੈਰ ਪਸਾਨੇ ਚਾਹੀਦੇ ਹਨ ਤੇ ਫਜ਼ੂਰ ਖਰਚ ਤੋਂ ਬਚਣਾ ਚਾਹੁੰਦਾ ਹੈ ਟਕੇ ਵਰਗਾ ਜਵਾਬ ਦੇਣਾ ਮਤਲਬ ਸਿੱਧੀ ਨਾ ਕਰਨੀ ਜਦ ਜਦ ਮੈਂ ਪਿਆਰ ਤੋਂ ਉਸ ਪਿਆਲੇ ਤੋਂ ਉਸ ਦੀ ਕਿਤਾਬ ਮੰਗੀ ਤਾਂ ਉਸੇ ਟਕੇ ਵਰਗਾ ਜਵਾਬ ਦੇ ਦਿੱਤਾ ਕਿ ਤੋਰੀਆਂ ਦੀ ਰਾਜ ਰੱਖਣੀ ਮਤੇ ਬਿਲਦ ਜਾਣ ਕੇ ਲਿਹਾਜ ਕਰਨਾ ਮਾਪੇ ਨੇ ਪੁੱਤਰ ਪੁੱਤਰ ਨੂੰ ਦੁਖੀ ਹੋ ਕੇ ਉਹ ਪੜੇ ਕੰਮ ਵੀ ਛੱਡ ਦੇਵੇ ਤਾਂ ਉਹਨਾਂ ਦੇ ਤੋਂ ਜੀ ਰਾਜ ਰੱਖੇ ਇਹ ਬਾਕ ਆ ਗਿਆ ਅੱਗੇ ਆ ਗਿਆ 11ਵਾਂ ਸੀ ਇਹ ਤੋਂ ਕਰਵਾ ਦਿੱਤੇ ਇਸੇ ਪਰਨਾਮ ਸੀ ਉਸ ਅੱਗੇ ਆ ਗਿਆ 파르마 ਕੁਈ ਇੱਕ ਵਿਸ਼ੇ ਤੇ ਲਿਖ ਲਿਖੋ ਪੰਜ ਵਿਸ਼ੇ ਹੋਣਗੇ ਗੁਰੂ ਨਾਨਕ ਦੇਵ ਜੀ ਮਹਾਤਮਾ ਗਾਂਧੀ ਦੀ ਬਾਜੀ ਅਖੀਰ ਸੱਦਾ ਮੈਚ ਤੇ ਸਿਨੇਮਾ ਦੇ ਲਾਭ ਅਤੇ ਹਾਨੀਆਂ ਇਹ ਚ ਆਪਾਂ ਤੁਹਾਨੂੰ ਦੋ ਕਰਵਾ ਦੇਵਾਂਗੇ ਮਤਲਬ ਕਿ ਆਪਾਂ ਦਿਖਾਵਾਂਗੇ ਸਾਰੇ ਪਰ ਆਪਾਂ ਤੁਹਾਨੂੰ ਬੋਲ ਕੇ ਕੇਵਲ ਦੋ ਹੀ ਕਰਵਾਵਾਂਗੇ ਕਾ ਪਤਾ ਤੁਹਾਨੂੰ ਕਰਵਾਵਾਂਗੇ ਗੁਰੂ ਨਾਨਕ ਦੇਵ ਜੀ ਤੇ ਇੱਕ ਦੀਵਾਲੀ ਇਹ ਦੋਨੋਂ ਕਰਵਾ ਦਿੰਨੇ ਆ ਪਹਿਲਾ ਹੈਗਾ ਗੁਰੂ ਨਾਨਕ ਦੇਵ ਜੀ ਜਨਮ ਤੇ ਮਾਤਾ ਪਿਤਾ ਜਨਮ ਤੇ ਮਾਤਾ ਪਿਤਾ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੂਰਤੀ ਸਨ ਉਹਨਾਂ ਦਾ ਜਨਮ 15 ਅਪ੍ਰੈਲ 1469 ਈਸਵੀ ਨੂੰ ਰਾਇਪੋਇ ਦੀ ਤਰਵੰਦੀ ਵਿੱਚ ਜੋ ਅੱਜ ਕੱਲ ਨਨਕਾਣਾ ਸਾਹਿਬ ਦਾ ਪਾਕਿਸਤਾਨ ਵਿਖੇ ਹੋਇਆ ਉਹ ਜ ਆਪ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਉਣ ਦੀ ਰਵਾਇਤ ਹੈ ਆਪ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਅਤੇ ਮਾਤਾ ਦਾ ਨਾਮ ਤ੍ਰਿਪਤਾ ਸੀ ਵਿਦਿਆ 7 ਸਾਲ ਦੀ ਉਮਰ ਵਿੱਚ ਆਪ ਨੂੰ ਪੰਦੇ ਕੋਲ ਪੜਨ ਲਈ ਭੇਜਿਆ ਗਿਆ ਆਪ ਨੇ ਪੰਦੇ ਨੂੰ ਆਪਣੇ ਵਿਚਾਰ ਦੱਸ ਕੇ ਨਿਹਾਲ ਕੀਤਾ ਅਗੇ ਸੱਚਾ ਸੌਦਾ ਜਵਾਨ ਹੋ ਕੇ ਆਪ ਦਾ ਮਨ ਪਿਤਾ ਦੀ ਇੱਛਾ ਦੇ ਉਲਟ ਘਰ ਦੇ ਕੰਮਾਂ ਵਿੱਚ ਨਾ ਲੱਗਾ ਇੱਕ ਵਾਰ ਆਪ ਦੇ ਪਿਤਾ ਨੇ ਆਪ ਨੂੰ ਪਿਆਰ ਉਪੇ ਦੇ ਕੇ ਸੱਚਾ ਸੌਦਾ ਕਰਨ ਲਈ ਭੇਜਿਆ ਪਰ ਆਪ ਨੇ ਪਿਆਰ ਉਪੇ ਸਤ ਸੰਤਾ ਸਾਧਾ ਨੂੰ ਭੋਜਨ ਉੱਤੇ ਖਰਚ ਕਰ ਦਿੱਤੇ ਇਸ ਗੱਲ ਤੇ ਇਸ ਗੱਲ ਕਰਕੇ ਪਿਤਾ ਕਾਲੂ ਬਹੁਤ ਹੀ ਗੁੱਸੇ ਹੋਏ ਅਗੇ ਸੁਲਤਾਨਪੁਰ ਵਿੱਚ ਪੁੱਤਰ ਦੇ ਪੁੱਤਰ ਨੂੰ ਘਰ ਦੇ ਕੰਮਾਂ ਤੋਂ ਵਪਾਰ ਵਿੱਚ ਦਿਲਚਸਪੀ ਡਾ ਲੈਂਦੇ ਦੇਖ ਕੇ ਅੰਤਪਿਤਾ ਕਾਲੂ ਨੇ ਆਪ ਨੂੰ ਆਪ ਦੀ ਭੈਣ ਬੀਬੇ ਨਾਨਕੀ ਕੋਲ ਸੁਲਤਾਨਪੁਰ ਭੇਜ ਦਿੱਤਾ ਇੱਥੇ ਆਪਨੇ ਨWAB ਦੌਲਤਖਾਨਾ ਲੋਦੀ ਦਾ ਮੋਦੀਖਾਨਾ ਚਲਾਇਆ ਬੀਬੀ ਸ ਸੁਲਤਾਨਪੁਰ ਸੁਲਤਾਨਪੁਰ ਵਿੱਚ ਹੀ ਇੱਕ ਦਿਨ ਆਪ ਬੀ ਨਦੀ ਵਿੱਚ ਇਸ਼ਨਾਨ ਕਰਨ ਲੱਗੇ ਤੇ ਤਿੰਨ ਦਿਨ ਅਲੋਪ ਰਹੇ ਇਸ ਸਮੇਂ ਆਪ ਨੂੰ ਨਿਰਕਾਰ ਬਲੂ ਸੰਸਾਰ ਦਾ ਕਲਿਆਣ ਕਰਨ ਦਾ ਸੁਨੇਹਾ ਪ੍ਰਾਪਤ ਹੋਇਆ ਆਪ ਦਾ ਆਪਨੇ ਨਾਰਾ ਦਿੱਤਾ ਨਾ ਕੋਈ ਹਿੰਦੂ ਨਾ ਮੁਸਲਮਾਨਾ ਚਾਰ ਉਦਾਸੀਆਂ ਇਸ ਪਿੱਛੋਂ ਇਸ ਤੋਂ ਪਿੱਛੋਂ ਆਪ ਨੇ ਸੰਸਾਰ ਨੂੰ ਤੁਰਨ ਲਈ ਪੂਰਬ ਦੱਖਣ ਉੱਤਰ ਤੇ ਪੱਛਮ ਦੀਆਂ ਚਾਰ ਦਿਸ਼ਾ ਉਦਾਸੀਆਂ ਕੀਤੀਆਂ ਤੇ ਸੰਸਾਰ ਨੂੰ ਸੱਚ ਦਾ ਉਪਦੇਸ਼ ਦਿੱਤਾ ਇਸ ਸਮੇਂ ਵਿੱਚ ਹੀ ਆਪ ਨੇ ਕਲਤਾਰਪੁਰ ਬਸਾਇਆ ਸਰਬ ਸੰਜ ਸਰਬ ਸਾਂਝੇ ਗੁਰੂ ਗੁਰੂ ਸੇਵਾ ਗੁਰੂ ਸਾਹਿਬਰੇ ਜੀਵਨ ਨਾਲ ਸਾਰੀਆਂ ਬਹੁਤ ਸਾਰੀਆਂ ਕਾਰਮਾਤ ਸਬੰਧਿਤ ਹਨ ਆਪਦੇ ਵਿਚਾਰ ਦਾ ਵਿਚਾਰ ਵਿਚਾਰਾਂ ਦਾ ਹਰ ਇੱਕ ਦਿਨ ਇੱਕ ਦੇ ਮਨ ਉਪਰ ਦੂੰਗਾ ਪ੍ਰਾਪਿਆ ਆਪ ਹਿੰਦੂਆਂ ਤੇ ਗੁਰੂਆਂ ਦੇ ਹਿੰਦੂਆਂ ਤੇ ਗੁਰੂਆਂ ਦੇ ਮੁਸਲਮਾਨ ਦੇ ਪੀਰ ਕਹਾਏ ਆਪ ਨੇ ਪੇਖ ਪਖੰਡਤ ਕਲਮ ਕਾੜ ਦਾ ਪਖੰਡਰ ਕੀਤਾ ਤੇ ਨੇਕ ਅਮਲਾਂ ਤੇ ਉੱਚ ਆਚਰਣ ਉੱਤੇ ਜ਼ੋਰ ਦਿੱਤਾ ਆਪ ਨੇ ਇਸ ਟੀ ਨੂੰ ਸਮਾਜ ਵਿੱਚ ਉੱਚਾ ਦਰਜਾ ਦਿੰਦੇ ਕਿਹਾ ਸੋ ਕਿਉ ਮੰਦਾ ਅਖੇ ਜਿੱਤੂ ਜਮੇ ਰਾਜੂ ਨੂੰ ਮਤਲਬ ਆਪ ਉਹ ਉਸ ਤੀਨੂ ਕਿਵੇਂ ਮਾੜਾ ਕਹਿ ਸਕਦਾ ਜਿੱਦੇ ਕੋ ਖ ਰਾਜਤੇ ਮਹਾਰਾਜੇ ਜਨਮ ਲੈਂਦੇ ਨੇ ਅਗੇ ਮਹਾਨ ਕਵੀ ਤੇ ਸੰਗੀਤਕਾਰ ਗੁਰੂ ਨਾਨਕ ਦੇਵ ਜੀ ਇੱਕ ਮਹਾਨ ਕਵੀ ਤੇ ਸੰਗੀਤਕਾਰ ਸਨ ਆਪ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜਪੂਜੀ ਅਤੇ ਅਸਾ ਦੀ ਬਾਣੀ ਆਪ ਦੀ ਪ੍ਰਸਿੱਧ ਬਾਣੀਆਂ ਹਨ ਨਿਰਦਲ ਦੇਸ਼ ਭਗਤ ਆਪ ਇੱਕ ਨਿਰਦਲ ਦੇਸ਼ ਭਗਤ ਸਨ ਆਪ ਨੇ ਬਾਬਲ ਦੇ ਜ਼ੁਲਮਾਂ ਵਿਰੁੱਧ ਬੜੀ ਨਿਰਦਲਤਾ ਨਾਲ ਆਵਾਜ਼ ਉਠਾਈ ਤੇ ਰਬ ਨੂੰ ਇਸਦਾ ਉਲਾਮਾ ਦਿੰਦੇ ਹੋਏ ਕਿਹਾ ਈਤਿਮਾਰ ਪਈ ਕੁੱਲ ਕੁੱਲਾ ਨੇ ਤੇ ਕੀ ਦਦੂ ਨਾ ਆਇਆ ਹਿਸਤ ਜੀਵਨ ਆਪ ਹਿਸਤ ਹਿਸਤ ਸਨ ਆਪ ਦੇ ਘਰ ਦੇ ਦੋ ਸਪੁੱਤਰ ਬਾਬਾ ਸ੍ਰੀ ਚੰਦ ਤੇ ਬਾਬਾ ਲక్ష్ਮੀਦਾਸ ਹੋਏ ਆਪ ਨੇ ਹਿਸਤ ਤਰਮ ਨੂੰ ਸਭ ਤੋਂ ਤਰਮਨ ਉੱਤਮ ਦੱਸਿਆ ਅੰਤਿਮ ਸਮਾ ਆਪਨੇ ਆਪਣਾ ਅੰਤਿਮ ਸਮਾ ਕਲਤਾਰਪੁਰ ਵਿੱਚ ਗੁਜ਼ਾਰਿਆ ਇੱਥੇ ਆਪਨੇ ਸਤਸੰਗਤ ਦੇ ਸਾਝੇ ਲੰਗਰ ਦਾ ਸਾਝੇ ਲੰਗਰ ਦਾ ਪ੍ਰਵਾਹ ਚਲਾਇਆ ਇੱਥੇ ਹੀ ਆਪਨੇ ਆਪਣੀ ਗੱਦੀ ਦਾ ਵਾਸਪਾਈ ਲਹਿਣਾ ਜੀ ਨੂੰ ਚੁਣਿਆ ਤੇ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਸ਼ੁਸ਼ੋਭਿਤ ਕੀਤਾ 22 ਸਤੰਬਰ 1939 ਇਸ ਵੀ ਨੂੰ ਆਪ ਕਲਤਾਰਪੁਰ ਵਿਖੇ ਜੁਕਤੀ ਜੋਤ ਸਮਾ ਗਏ ਅੱਗੇ ਮਹਾਤਮਾ ਗਾਂਧੀ ਇਹ ਤੁਸੀਂ ਦੇਖ ਸਕਦੇ ਹੋ ਅਗੇ ਗੱਲ ਦੀਵਾਲੀ ਆਤ ਨੂੰ ਆਪਾਂ ਬੋਲ ਕੇ ਕਰਵਾ ਦਨੇ ਆ ਭਾਰਤ ਵਿੱਚ ਤਿਹਾਰ ਭਾਰਤ ਤੇ ਤਿਹਾਰਾਂ ਦਾ ਦੇਸ਼ ਹੈ ਕੁਝ ਤਿਹਾਰ ਸਾਧ ਇਤਿਹਾਸਿਕ ਵਿਸ਼ਿਆਂ ਨਾਲ ਸੰਬੰਧਿਤ ਹਨ ਅਤੇ ਕੁਝ ਧਾਰਮਿਕ ਵਿਸ਼ਿਆਂ ਕਈਆਂ ਦਾ ਕਈਆਂ ਦਾ ਸੰਬੰਧ ਰੁੱਤਾਂ ਨਾਲ ਹੈ ਤੇ ਕਈਆਂ ਕਈਆਂ ਦਾ ਇਤਿਹਾਸਿਕ ਕਤਨਾ ਬਣਾਲ ਅਤੇ ਕਈਆਂ ਦਾ ਧਾਰਮਿਕ ਵਿਸ਼ਵਾਸਾਂ ਤੇ ਕਤਨਾ ਬਣਾਲ ਹੈ ਦੀਵਾਲੀ ਪਾਰਤ ਦਾ ਹਰ ਸਾਲ ਮਨਾਇਆ ਜਾਣ ਵਾਲਾ ਇੱਕ ਅਜੀਹ ਹਿ ਤਿਹਾਰ ਹੈ ਇਸ ਦਾ ਸੰਬੰਧ ਭਾਰਤ ਦੇ ਧਾਰਮਿਕ ਅਤੇ ਇਤਿਹਾਸਿਕ ਵਿਸ਼ੇ ਨਾਲ ਹੈ ਘਰਾਂ ਦੀ ਸਫਾਈ ਦੀਵਾਲੀ ਦਾ ਤਿਹਾੜੀ ਚਲਦੇ ਸਾਲ ਵਿੱਚ ਕੱਤਕ ਦੀ ਪੂਨਮਾਸੀ ਨੂੰ ਕੱਤਕ ਦੀ ਮੱਸੀਆ ਨੂੰ ਆਉਂਦਾ ਹੈ ਇਸ ਤੋਂ ਮੁਕ ਇਸ ਤੋਂ ਕੁਝ ਦਿਨ ਪਹਿਲਾਂ ਲੋਕ ਆਪਣੇ ਘਰਾਂ ਦੀ ਸਫਾਈ ਆਰੰਭ ਕਰਦੇ ਹਨ ਅਤੇ ਮਕਾਨਾਂ ਨੂੰ ਸਫੈਦ ਸਫੈਦੀ ਤੇ ਰੰਗ ਕਰਾਉਂਦੇ ਹਨ ਇਤਿਹਾਸਿਕ ਇਤਿਹਾਸਿਕ ਪਿਛੋਕੜ ਇਸ ਇਸ ਤਿਹਾਡਾ ਸੰਬੰਧਕ ਉਸ ਦਿਨ ਨਾਲ ਹੈ ਜਦੋਂ ਸ੍ਰੀ ਰਾਮਚੰਦ ਜੀ 14 ਸਾਲਾਂ ਦਾ ਬਨਵਾਸ ਕੱਟ ਕੇ ਰਾਵਣ ਨੂੰ ਮਾਰ ਕੇ ਵਾਪਸ ਅਜੁੱਧਿਆ ਪਤਿਸਾਨ ਇਸ ਦਿਨ ਲੋਕਾਂ ਨੇ ਖੁਸ਼ੀ ਵਿੱਚ ਦੀਪਮਾਲਾ ਕੀਤੀ ਅਤੇ ਤੇ ਉਸ ਦਿਨ ਦੀ ਯਾਦ ਵਿੱਚ ਅੱਜ ਵੀ ਇਹ ਇਤਿਹਾਲ ਮਨਾਇਆ ਜਾਂਦਾ ਹੈ ਇਸ ਦਿਨ ਦਾ ਸੰਬੰਧ ਸਿੱਖ ਸਿੱਖ ਇਤਿਹਾਸ ਨਾਲ ਵੀ ਹੈ ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਜੀ ਜਹਾगील ਦੀ ਨਜ਼ਰਬੰਦੀ ਤੋੜਿਆ ਹੋ ਕੇ ਆਇਸਾ ਨਾ ਪੰਜਾਬ ਵਿੱਚ ਅੰਮਸਲ ਦੀ ਦਵਾਰੀ ਦੇਖੋ ਜੁਗ ਹੁੰਦੀ ਹੈ ਇਸ ਲਈ ਇਹ ਆਖਾਂ ਪਸਿਦ ਹੈ ਦਾਰ ਰੋਤੀ ਕਲ ਦੀ ਦਵਾਰੀ ਅੰਮਸਲ ਦੀ ਲੋਕਾਂ ਦਾ ਚਾਹ ਤੇ ਉਮਾ ਦੀਵਾਲੀ ਦੇ ਦਿਨ ਲੋਕਾਂ ਦਾ ਬੜਾ ਚਾਹ ਤੇ ਉਮਾ ਹੁੰਦਾ ਹੈ ਬਾਜ਼ਾਰ ਸਜੇ ਫਬੇ ਹੁੰਦੇ ਹਨ ਪਟਾਕਿਆਂ ਮਠਾਈਆਂ ਤੇ ਖਿਡੌਣੇ ਦੀ ਦੁਕਾਨਾਂ ਸਜੀਆਂ ਹੁੰਦੀਆਂ ਹਨ ਲੋਕ ਪਟਾਕੇ ਮਠਾਈਆਂ ਖਿਡੌਣੇ ਤੇ ਸਜਾਵਟ ਦਾ ਸਮਾਨ ਖਰੀਦਦੇ ਹਨ ਤੇ ਬੱਚੇ ਨਵੇਂ ਪਟਾਕੇ ਖਰੀਦਦੇ ਹਨ ਨਵੇਂ ਕਪੜੇ ਤੇ ਪਟਾਕੇ ਖਰੀਦਦੇ ਹਨ ਆਏ ਹੁਣ ਅਸੀਂ ਦੀਪਮਾਲਾ ਤੇ ਅੱਠ ਸਵਾਜੀ ਹਨੇਰਾ ਹੋਣ ਕਰਕੇ ਲੋਕ ਆਪਣੇ ਆਪਣੇ ਘਰਾਂ ਵਿੱਚ ਦੀਪਮਾਲਾ ਕਰਦੇ ਹਨ ਕੋਈ ਦੀਵੇ ਜਗਾਉਂਦਾ ਹੈ ਤੇ ਕੋਈ ਮੋਮਬਤੀਆਂ ਤੇ ਕੋਈ ਬਿਜਲੀ ਦੇ ਰੰਗ ਬਰੰਗੇ ਬੱਲਬ ਰੰਗ ਬਰੰਗੇ ਲਾ ਕੇ ਰੰਗ ਬਰੰਗੇ ਬੱਲਬਾਂ ਦੀ ਲੜੀਆਂ ਚਾਰ ਚੁਫੇਰੇ ਚਾਨਣ ਨਾਰਾ ਪਾ ਲ ਜਾਂਦਾ ਹੈ ਲੋਕ ਮੰਦਰਾਂ ਤੇ ਗੁਰਦੁਆਰਿਆਂ ਵਿੱਚ ਰੋਸ਼ਨ ਰੋਸ਼ਨੀ ਕਰਦੇ ਹਨ ਤੇ ਮੱਥਾ ਟੇਕਦੇ ਤੇਕਣ ਜਾਂਦੇ ਹਨ ਚਾਰੇ ਪਾਸੇ ਪਟਾਕੇ ਚੱਲਣ ਦੀਆਂ ਆਵਾਜ਼ਾਂ ਆਉਂਦੀਆਂ ਹਨ ਅਸਮਾਨ ਬਲ ਚੜ ਰਹੀਆਂ ਆਤਸ਼ਬਾਜ਼ੀਆਂ ਤੇ ਹਵਾਈ ਹਵਾਈਆਂ ਹਨੇਰੇ ਵਿੱਚ ਰੰਗ ਬਿਰੰਗੇ ਚੰਗਿਆੜੇ ਕੱਢ ਕੇ ਅੱਗ ਅੱਗ ਦੇ ਰੰਗ ਬਿਰੰਗੇ ਫੁੱਲਾਂ ਦੀ ਬਰਖਾ ਕਰਦੀਆਂ ਬਰਖਾ ਕਰਦੀਆਂ ਹੋਈਆਂ ਵਾਤਾਵਰਣ ਨੂੰ ਬਹੁਤ ਹੀ ਦਿਲ ਖਿੱਚਵਾਂ ਬਣਾ ਦਿੰਦੀਆਂ ਹਨ ਲਕਸ਼ਮੀ ਦੀ ਪੂਜਾ ਇਸ ਰਾਤ ਲੋਕ ਪਾਤ ਪਾਤ ਦੇ ਮਠਾਈਆਂ ਦੇ ਮਠਾਈਆਂ ਤੇ ਹੋਰ ਮਨਪਾਉਂਦੇ ਚੀਜ਼ਾਂ ਖਾਂਦੇ ਹਨ ਸਾਰੀ ਰਾਤ ਲਕਸ਼ਮੀ ਦੀ ਪੂਜਾ ਹੁੰਦੀ ਹੈ ਤੇ ਲੋਕ ਦਰਵਾਜ਼ੇ ਖੁੱਲੇ ਰੱਖਦੇ ਹਨ ਤਾਂ ਲਕਸ਼ਮੀ ਉਹਨਾਂ ਦੇ ਘਰ ਆ ਸਕੇ ਪਵਿੱਤਰ ਰੱਖਣ ਦੀ ਲੋੜ ਦੀਵਾਲੀ ਦੀ ਰਾਤ ਨੂੰ ਕਈ ਲੋਕ ਸ਼ਰਾਬ ਪੀਂਦੇ ਜੂਆ ਖੇਡਦੇ ਤੂਨੇ ਆਂਦੀ ਕਲਦੇ ਹਨ ਇਹ ਇਹ ਬਹੁਤ ਬੁਰੀ ਗੱਲ ਹੈ ਇਹ ਲੋਕਾਂ ਨੂੰ ਲੋਕਾਂ ਇਹ ਗੱਲਾਂ ਨਾ ਨੈਤਿਕ ਤੌਰ ਤੇ ਚੰਗੀਆਂ ਹਨ ਤੇ ਨਾ ਹੀ ਸਮਾਜਿਕ ਤੌਰ ਤੇ ਸਾਨੂੰ ਇਹਨਾਂ ਬੁਰਾਈਆਂ ਨੂੰ ਦੂਰ ਕਰਨ ਲਈ ਯਤਨ ਕਰਨੇ ਚਾਹੀਦੇ ਹਨ ਤੇ ਦਿਵਾਲੀ ਦੇ ਤਿਉਹਾਰ ਨੂੰ ਵੱਧ ਤੇ ਵੱਧ ਪਵਿੱਤਰ ਬਣਾ ਮਨਾਉਣਾ ਚਾਹੀਦਾ ਹੈ ਇਹ ਅੱਖੀਂ ਸਿੱਧਾ ਮੈਚ ਹੈਗੇ ਜੀ ਇਹ ਵੀ ਤੁਸੀਂ ਲਿਖ ਸਕਦੇ ਹੋ ਆਪਾਂ ਤੁਹਾਨੂੰ ਕਰਵਾ ਦਿੰਨੇ ਸ੍ਰੀਮੇ ਦੇ ਲਾਭ ਅਤੇ ਹਾਨੀਆਂ ਬਾਤ ਆਪਾਂ ਵਿੱਚ ਬਾਤ ਆਪਾਂ ਜੀਵਨ ਦਾ অতি ਜ਼ਰੂਰੀ ਅੰਗ ਟੈਲੀ ਅੰਗ ਟੈਲੀਵਿਜ਼ਨ ਦਾ ਦੇ ਹਾਂ ਤੋਂ ਪਹਿਲਾਂ ਸਿਨੇਮਾ ਬਾਤ ਵਰਤਮਾਨ ਮਨੁੱਖੀ ਜੀਵਨ ਦਾ ਇੱਕ ਇੱਕ ਬਹੁਤ ਹੀ ਜ਼ਰੂਰੀ ਅੰਗ ਰਿਹਾ ਹੈ ਅੱਜ ਵੀ ਇਹ ਦਿਲ ਪੰਜਾਬੀ ਦਾ ਇੱਕ ਸਸਤਾ ਤੇ ਵਧੀਆ ਸਾਧਨ ਹੈ ਦਿਨਪਲ ਦਾ ਥੱਕੇ ਤੂਤੇ ਆਦਮੀ ਸਿਨੇਮੇ ਵਿੱਚ ਜਾ ਕੇ ਆਪਣਾ ਸਾਰਾ ਦਿਨ ਠਕੀਮਾ ਲਾ ਰੈਂਦਾ ਹੈ ਅੱਜ ਵੀ ਨਵੀਆਂ ਫਿਲਮਾਂ ਬਹੁਤ ਕਰਕੇ ਸਿਨੇਮਾ ਘਰ ਵਿੱਚ ਬੈਠ ਕੇ ਹੀ ਦੇਖਿਆ ਦੇਖਨੇ ਪਸੰਦ ਕੀਤੇ ਜਾਂਦੇ ਹਨ ਜਿਨ੍ਹਾਂ ਲੋਕਾਂ ਦੇ ਕੋਲ ਟੀਵੀ ਨਹੀਂ ਉਹ ਉਹਨਾਂ ਲਈ ਦਿਲਪੰਜਾਬੀ ਦਾ ਮੁੱਖ ਸਾਧਨ ਅਜੀਬੀ ਸਿਨੇਮਾ ਕਰ ਹੈ ਇਹਦੇ ਲਾਭ ਪਹਿਲੇ ਦਿਲਪੰਜਾਬੀ ਦਾ ਸਾਧਨ ਸਿਨੇਮਾ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਦਿਲਪੰਜਾਬੀ ਦਾ ਸਸਤਾ ਤੇ ਵਧੀਆ ਸਾਧਨ ਹੈ ਦਿਨ ਭਰ ਦਾ ਥੱਕਰ ਟੁੱਟ ਕੇ ਪਰੇਸ਼ਾਨ ਆਦਮੀ ਥੋੜੇ ਜਿਹੇ ਪੈਸੇ ਖਰਚ ਕੇ 2-3 2-3 ਘੰਟੇ ਸਿਨੇਮਾ ਵਿੱਚ ਆਪਣਾ ਮਨਪਰਚਾਵਾ ਕਰ ਲੈਂਦਾ ਹੈ ਤੇ ਹਲਕਾ ਫੁਲਕਾ ਹੋ ਜਾਂਦਾ ਹੈ ਫਿਲਮਾਂ ਦਾ ਅਸਰ ਸਿਰਫ ਟੈਲੀਵਿਜ਼ਨ ਦੇ ਸ਼ੋਅ ਤੇ ਪਲ ਦੇ ਉੱਤੇ ਨਹੀਂ ਸਗੋ cinema ਘਰ ਵਿੱਚ ਵੱਡੇ ਪਰਦੇ ਤੇ ਦੇਖਣ ਦਾ ਆਉਂਦਾ ਹੈ ਜਾਣ ਜਾਣਕਾਰੀ ਦਾ ਸਾਧਨ cinema ਦਾ ਦੂਜਾ ਵੱਡਾ ਲਾਭ ਇਹ ਹੈ ਕਿ ਇਸ ਵਿਰਾਹੀ ਅਸੀਂ ਪਿੰਨ-ਪਿੰਨ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਅਸੀਂ cinema ਘਰ ਵਿੱਚ ਇੱਕ ਥਾਂ ਤੇ ਕਸ਼ਮੀਰ ਦੀ ਸੁੰਦਰਤਾ ਕੁਦਰਤੀ ਨਜ਼ਾਰੇ ਦਿੱਲੀ ਆਗਰਾ ਅਜੰਤਾ ਤੇ ਐਲੂਰਾ ਵਰਗੇ ਇਤਿਹਾਸਕ ਸਥਾਨਾਂ, ਚਿੜੀਆ ਕਾ ਸਮੁੰਦਰਾ, ਦਰਿਆਵਾਂ, ਝੀਲਾਂ ਤੇ ਵਿਦੇਸ਼ੀ ਸ਼ੈਲਿਆਂ ਨੂੰ ਅਜੂਬੇ ਨੂੰ ਦੇਖ ਸਕਦੇ ਹਾਂ। ਬੇਸ਼ੱਕ ਹੁਣ ਟੈਲੀਵਿਜ਼ਨ ਤੇ ਇੰਟਰਨੈਟ ਦੇ ਸੁਨਮੇਂ ਦੇ ਇਸ ਲਾਭ ਨੂੰ ਬਹੁਤ ਹੀ ਮਹੱਤਵਪੂਰਨ ਨਹੀਂ ਰਹਿਣ ਦਿੱਤਾ। ਸਿੱਖਿਆ ਦਾ ਸਾਧਨਾ ਇਸ ਇਸ ਤੋਂ ਬਿਨਾ cinema, ਖੇਤੀਬਾੜੀ, ਸਿਹਤ, ਪਰਿਵਾਰ, ਪਰਿਵਾਰ ਭਲਾਈ, ਸੁਰੱਖਿਆ ਤੇ ਵਿਦਿਅਕ ਦੇ ਮਹਿਕਮੇ ਬਾਰੇ ਆਮ ਲੋਕ ਲੋਕਾਂ ਨੂੰ ਤੇ ਵਿਦਿਆਰਥੀਆਂ ਨੂੰ ਪਿੰਨਪਿੰਨ ਪ੍ਰਕਾਰ ਦੀ ਜਾਣਕਾਰੀ ਮਿਲਦੀ ਹੈ ਇਸ ਦਾ ਦੇਸ਼ ਦੀ ਵਿਦਿਅਕ ਉੰਤ ਵਿੱਚ ਕਾਫੀ ਹਿੱਸਾ ਹੈ ਵਪਾਰ ਕਲਾਬ cinema ਤੋਂ ਵਪਾਰੀ ਲੋਕ ਬਹੁਤ ਲਾਭ ਉਠਾਉਂਦੇ ਹਨ ਅਤੇ ਆਪਣੀਆਂ ਚੀਜ਼ਾਂ ਦੇ cinema ਰਾਹੀਂ ਮਸ਼ਹੂਰ ਮਸ਼ਹੂਰੀ ਕਰਕੇ ਲਾਭ ਉਠਾਉਂਦੇ ਹਨ ਰੋਜਗਾਰ ਦਾ ਸਾਧਨ cinema ਦਾ ਇੱਕ ਹੋਰ ਲਾਭ ਇਹ ਹੈ ਕਿ ਇਸ ਵਿੱਚ ਬਹੁਤ ਸਾਰੇ ਲੋਕਾਂ ਨੂੰ ਰੋਜਗਾਰ ਮਿਲਦਾ ਹੋਇਆ ਮਿਲਿਆ ਹੋਇਆ ਹੈ ਫਿਰਮਾ ਸੁਨੁਖ ਸਨਾਂਤ ਵਿੱਚ ਕੰਮ ਕਰਨ ਵਾਲੇ ਸੈਂਕੜੇ ਕਲਾਕਰ ਜਿੱਥੇ ਤਾਂ ਨਾਰ ਮਲਾਮਾਰ ਹੋ ਰਹੇ ਹਨ ਉੱਥੇ ਸਿਨੇਮਾ ਕਲਾ ਵਿੱਚ ਸੈਂਕੜੇ ਲੋਕ ਕੰਮ ਕਰਕੇ ਆਪਣਾ ਪੇਟ ਪਾਲ ਰਹੇ ਹਨ ਅਗੇ ਕੱਲ ਦੇ ਬਾਰੇ ਤਾਂ ਪੰਤੂ ਬਾਹਰ ਨਿਕਲਣਾ ਇਹ ਵੀ ਤੁਸੀਂ ਲਿਖ ਸਕਦੇ ਪੁਆਇੰਟ ਤੁਹਾਨੂੰ ਮਤਲਬ ਵਧੀਆ ਲੱਗੇ ਤਾਂ ਲਿਖਿਓ ਅਗੇ ਕਹਾਣੀਆਂ ਆਚਰੰਤ ਉੱਤੇ ਬੁਰਾ ਅਸਰ ਇਸ ਦਾ ਮਹਤ ਇਸ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਅਸਲੀ ਫਿਲਮਾਂ ਦਾ ਨੌਜਵਾਨ ਦੇ ਆਚਰਣ ਉੱਪਰ ਬਹੁਤ ਬੁਰਾ ਅਸਰ ਪੈਂਦਾ ਹੈ ਨੌਜਵਾਨ ਤੇ ਮੁੰਤੇਰਾ ਇਹਨਾਂ ਨੂੰ ਦੇਖ ਕੇ ਫੈਸੇ ਪ੍ਰਤੀ ਬਲ ਪੈ ਜਾਂਦੇ ਹਨ ਤੇ ਇੱਕ ਦੂਜੇ ਦੇ ਚਮਕ ਤੇ ਮੋਹਿਤ ਹੋ ਕੇ ਜੀਵਨ ਦੇ ਅਸਰਮੰਤਵ ਨੂੰ ਭੁੱਲ ਜਾਂਦੇ ਹਨ ਇਸ ਦਿਨ ਇਸ ਦਿਨ ਹੀ ਇਸ ਨੇ ਕਈ ਥਾਵਾਂ ਤੇ ਨੌਜਵਾਨਾਂ ਨੂੰ ਫਿਲਮੀ ਬਣਾਉਂਦੇ ਜੁਰਮ ਕਰਨ ਲਈ ਉਤਸ਼ਾਹਿਤ ਵੀ ਕੀਤਾ ਹੈ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅੱਜ ਵੀ ਟੈਲੀਵਿਜ਼ਨ ਅਜੀਬ ਸਮਗਰੀ ਨੂੰ ਕਈ ਰੂਪਾਂ ਵਿੱਚ ਕਰ ਵਿੱਚ ਬਰੋਸ ਰਿਹਾ ਹੈ ਤਾਂ ਸਿਨੇਮਾ ਦਾ ਇੱਕ ਉਹ ਗੁਣ ਬਹੁਤ ਗੰਭੀਰ ਨਹੀਂ ਰਿਹਾ ਅੱਖਾਂ ਉੱਪਰ ਬਹੁਤ ਬੁਰਾ ਅਸਰ ਤੇ ਸਮੇ ਦਾ ਨਾਸ ਬਹੁਤਾ ਸਿਨੇਮਾ ਦੇਖਣਾ ਸਿਨੇਮੇ ਦੇ ਪਰਦੇ ਉੱਪਰ ਪੈ ਰਹੀਆਂ ਤੇ ਰੋਸ਼ਨੀ ਅਨੁਖੀ ਨਜ਼ਰ ਉੱਪਰ ਵੀ ਬਹੁਤ ਅਸਰ ਪੈਂਦਾ ਹੈ ਬਹੁਤ ਫਿਲਮਾਂ ਦੇਖਣ ਨਾਲ ਸਮਾਂ ਵੀ ਨਸ਼ਟ ਹੁੰਦਾ ਹੈ ਸਿਨੇਮਾ ਦਾ ਇਹ ਉਹ ਗੁਣ ਅੱਜਕੱਲ ਕਰ ਵਿਕਰ ਚੱਲ ਕੇ ਟੈਲੀਵਿਜ਼ਨ ਦੇ ਮਹੱਤਵਪੂਰਨ ਬਣਾ ਦਿੱਤਾ ਹੈ ਮਹੱਤਵਹੀਨ ਮਹੱਤਵਹੀਨ ਬਣਾ ਦਿੱਤਾ ਕਿਉਂਕਿ ਸਿਨੇਮਾ ਤਾਂ ਕੋਈ ਕਦੇ-ਕਦੇ ਦੇਖਣ ਜਾਂਦਾ ਹੈ ਪਰ ਟੈਲੀਵਿਜ਼ਨ ਆਪਣੀ ਆਪਣੀ ਸਕਰੀਨ ਤੇ ਇਨਾਂ ਸਾਰੇ ਉਗੋਨਾਂ ਸਮੇਤ ਰਾਤ ਦਿਨ ਘਰਾਂ ਵਿੱਚ ਚੱਲਦੇ ਰਹਿੰਦੇ ਹਨ ਅੱਜ ਤੇ ਬੱਚਿਆਂ ਤੇ ਨੌਜਵਾਨ ਨੂੰ ਵੀ ਸਿਨੇਮਾ ਜਾਣ ਨੂੰ ਰੋਕਣਾ ਸੌਖਾ ਹੈ ਰੋਕਣਾ ਸੌਖਾ ਹੈ ਕੱਲ ਟੈਲੀਵਿਜ਼ਨ ਅੱਗੇ ਉਠਾਉਣਾ ਔਖਾ ਸਾਰੰਸ਼ ਮੁੱਖ ਦੀ ਗੱਲ ਇਹ ਹੈ ਕਿ ਸਿਨੇਮਾ ਅੱਜ ਕੱਲ੍ਹ ਅੱਜ ਵੀ ਦਿਰ ਪਚਾਵੇ ਤੇ ਬੜੀਆ ਸਾਦੇ ਤੇ ਸਸਤਾ ਹੈ ਪਰ ਇਸ ਵਿੱਚ ਅਸ਼ ਅਸ਼ ਅਸ਼ਲੀਲਤਾ ਨੂੰ ਨਹੀਂ ਆਉਂਦੇ ਦਾ ਚਾਹੁੰਦਾ ਸਰਕਾਰ ਉਸ ਰਿਸ਼ਤਾ ਉੱਪਰ پابੰਦੀ ਲਾਉਣੀ ਚਾਹੁੰਦੀ ਹੈ ਨਾ ਹੀ ਬਹੁਤ ਸਿਨੇਮਾ ਦੇਖਣਾ ਵੀ ਚੰਗਾ ਨਹੀਂ ਕਿਉਂਕਿ ਇਸ ਨਾਲ ਸਮੇਂ ਦੇ ਆਤਿ ਆਚੰਦੂ ਮੇ ਖਰਾਬ ਹੁੰਦੇ ਹਨ ਫਿਲਮਾਂ ਬਣਾਉਣ ਵਾਲਿਆਂ ਚਾਹੁੰਦਾ ਹੈ ਕਿ ਉਹ ਸਿਨੇਮਾ ਰਾਹੀ ਮਨੋਰੰਜਨ ਦੇ ਨਾਲ-ਨਾਲ ਬਖ ਬਖ ਨੌਜਵਾਨਾਂ ਨੂੰ ਭਾਗਤ ਪੂ ਦੀ ਉਸਾਰੀ ਤੇ ਆਪਣੇ ਭਵਿੱਖ ਬਣਾਉਣ ਲਈ ਸੁਨੇਹਾ ਦੇਣ ਅਗ੍ਰੇਸ਼ਣ ਬਤਰਾ ਗਿਆ ਤੁਸੀਂ ਤੁਸੀਂ ਸਰਕਾਰੀ ਸੀਨੀਅਰ ਸਕੰਦੇ ਸਕੋਰ ਖੜੀ ਆਇਆ ਵਿਚੇ ਪਰਦੇ ਹੋ ਆਪਣੇ ਸਕੂਲ ਦੇ ਮੁਖ ਅਧਿਆਪਕ ਨੂੰ ਜਾਂ ਪ੍ਰਿੰਸੀਪਲ ਨੂੰ ਆਪਣੀ ਗਰੀਬੀ ਦੇ ਹਾਲਤ ਦੱਸ ਕੇ ਫੀਸ ਤੋਂ ਮਾਫੀ ਕਰਾਉਣ ਸੰਬੰਧੀ ਅਰਜੀ ਲਿਖੋ ਸਭ ਤੋਂ ਪਹਿਲਾਂ ਤੁਸੀਂ ਲਿਖਣਾ ਸੇਵਾ ਵਿਖੇ ਪ੍ਰਿੰਸੀਪਲ ਸਾਹਿਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੜੀ ਆਇਆ ਸ਼੍ਰੀਮਾਨ ਜੀ ਇਥੇ ਕੋਈ ਪਿੰਡ ਲਿਖ ਸਕਦਾ ਜੇ ਪਿੰਡ ਉੱਤੇ ਲਿਖਿਆ ਤਾਂ ਤੁਸੀਂ ਉਹੀ ਪਿੰਡ ਲਿਖ ਦੇਣਾ ਜੇ ਕਿ ਪਿੰਡ ਨਹੀਂ ਲਿਖਿਆ ਤਾਂ ਤੁਸੀਂ ਆਪਣਾ ਆਪਣਾ ਪਿੰਡ ਲਿਖ ਕੇ ਆ ਜਾਣਾ ਤੁਸੀਂ ਲਿਖੋਗੇ ਸਭ ਤੋਂ ਪਹਿਲਾਂ ਸ਼੍ਰੀਮਾਨ ਜੀ ਸਨਿਮਰ ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿੱਚ ਵਿਖੇ 8ਵੀਂ ਜਮਾਤ ਵਿੱਚ ਪੜਦਾ ਹਾਂ ਮੇਰੇ ਪਿਤਾ ਜੀ ਇੱਕ ਪ੍ਰਾਈਵੇਟ ਫੈਕਟਰੀ ਵਿੱਚ ਚਪੜਾ ਚਪੜਾਸੀ ਹਨ ਉਹਨਾਂ ਦੀ ਤਨਖਾਹ ਬਹੁਤ ਘੱਟ ਹੈ ਜਿਸ ਵਿੱਚ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਦਾ ਹੈ ਮੇਰੇ ਮੇਰੇ ਚਾਰ ਛੋਟੇ ਛੋਟੇ ਪੈਨਪਰਾ ਹੋਰ ਵੀ ਪਰਦੇ ਹਨ ਇਸ ਲਈ ਕਿਰਪਾ ਕਰਕੇ ਆਪ ਮੇਰੀ ਫੀਸ ਮਾਫ ਕਰ ਦਿਓ ਮੈਂ ਆਪ ਜੀ ਦਾ ਬਹੁਤ ਹੀ ਮਿਹਰਬਾਨੀ ਤੇ ਬਹੁਤ ॠणी ਹੋਵਾਂਗਾ ਧੰਨਵਾਦ ਸਹਿਤ ਆਪ ਜੀ ਦਾ ਅਗਿਆਕਾਰੀ ਦਾ ਵਿਸ਼ਵਾਸਪਤਾ ਲਿਖ ਸਕਦੇ ਹੋ ਰੋ ਨੰਬਰ ਤੇ ਜਮਾਤ ਅੱਥਵੀ ਮਤਲਬ ਰੋ ਨੰਬਰ ਤੋਂ ਪਹਿਲਾਂ ਤੁਸੀਂ ਆਪ ਦਾ ਨਾਮ ਲਿਖਣਾ ਹੈ ਅੱਗੇ ਮਿਟੇ ਲਿਖ ਦੇਣੀ ਆ ਅੱਗੇ ਜੋ ਆਪਸ਼ਨ ਦੇ ਵਿਚਾਲੇ ਜੀ ਹੈਗੇ ਆ ਤੁਹਾਡੇ ਮੁਹੱਲੇ ਵਿੱਚ ਸਫਾਈ ਤੇ ਰੋਸ਼ਨੀ ਦਾ ਪ੍ਰਬੰਧ ਠੀਕ ਨਹੀਂ ਤੇ ਨਾ ਹੀ ਗੰਦਗੀ ਤੇ ਪਾਣੀ ਦੇ ਨਿਕਾਸ ਦਾ ਕੋਈ ਚੰਗਾ ਪ੍ਰਬੰਧ ਹੈ ਇਸ ਦੇ ਸੁਧਾਰ ਲਈ ਆਪਣੇ ਸੈਲ ਦੇ ਨਗਰ ਨਿਗਮ ਨੂੰ ਕਮਿਸ਼ਨ ਨੂੰ ਇੱਕ ਬਿਨੇ ਪੱਤਰ ਲਿਖੋ ਇਹ ਤੁਸੀਂ ਦੇਖ ਲੈਣਾ ਕਿਸ ਪ੍ਰਕਾਰ ਲਿਖਣਾ ਹੈ ਅੱਗੇ ਆ ਗਿਆ ਪ੍ਰਸ਼ਨ ਨੰਬਰ 14 ਹੇਠ ਲਿਖੇ ਸ਼ਬਦਾਂ ਜਾਲ ਦੇ ਵਿੱਚੋਂ 8-6 ਦੇ ਸ਼ਬਦ ਚੁਣ ਕੇ ਲਿਖੋ ਇਹ ਚੋਂ 8 8 ਤੋਂ ਨੀਪਾ 16 ਚੁਣ ਕੇ ਲਿਖਤੇ ਇਹ ਚ ਸ਼ਬਦ ਹੈਗੇ ਨਮਾਤਾ ਮਿੱਤਰ ਜ਼ਰੂਰਤ ਸਹੇਲੀ ਸਫਲਤਾ ਸੁਗਾਤ ਕਹਾਣੀ ਵਧਾਈ ਜਵਾਬ ਦਰਵਾਜ਼ਾ ਠੱਕਰ ਰੈਫਰੀ ਬਿਸਰ ਤਿਹਾਰ ਮੈਦਾਨ ਆਮਦਨ ਸੁਆਦਲਾ ਫਾਸਲਾ ਇਹ ਚ ਸ਼ਬਦ ਨੇ ਅਗੇ ਨਾਮ ਜਾਂ ਪੜਨਾਂਮ ਦੀ ਪਰਿਭਾਸ਼ਾ ਲਿਖੋ ਪੜਨਾਂਮ ਕੀ ਹੁੰਦਾ ਜਿਹੜੇ ਸ਼ਬਦ ਦੋ ਕਿਸੇ ਜੀਵ ਗੋਣ ਸਥਾਨ ਵਸਤੂ ਆਦਿ ਦਾ ਬੋਧ ਹੁੰਦਾ ਹੈ ਉਹਨਾਂ ਨੂੰ ਨਾਮ ਕਿਹਾ ਜਾਂਦਾ ਹੈ ਜਿਵੇਂ ਦੁੱਧ ਹਨ ਗਿਆ ਰਮਨ ਮੇਜ਼ ਜਲੰਦਰ ਜਮਾਤ ਪਾਣੀ ਮੂਰ ਆਦਿ ਅਗਿ ਪੜਨਾਮ ਨਾਮ ਦੇ ਥਾਂ ਤੇ ਬਲਤੇ ਜਾਣ ਵਾਲੇ ਸ਼ਬਦ ਪੜਨਾਮ ਕਿਹਾ ਜਾਂਦਾ ਹੈ ਅਜਿਹੇ ਸ਼ਬਦਾਂ ਦੀ ਵਰਤੋਂ ਨਾਲ ਅਠਾਂ ਵਿੱਚ ਕੋਈ ਅੰਤਰ ਨਹੀਂ ਆਉਂਦਾ ਜਿਵੇਂ ਅਸੀਂ ਤੁਸੀਂ ਉਹ ਉਸ ਤੁਹਾਡਾ ਆਂਦੀ ਸ਼ਬਦ ਪੜਨਾਮ ਹਨ ਚਲੋ ਤੁਹਾਨੂੰ ਆਪਾਂ ਸਾਰੇ ਪੇਪਰ ਫੁੱਲ ਸੋਲਵ ਕਰਵਾ ਦਿੱਤਾ ਹੈ ਜੇਕਰ ਵੀਡੀਓ ਬਧੀ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਤੇ ਆਪਾਂ ਫਿਰ ਮਿਲਾਂਗੇ ਅਗਲੀ ਵੀਡੀਓ 'ਚ ਤੇ ਕਮੈਂਟ ਕਰਕੇ ਦੱਸਦੇ ਤੁਹਾਨੂੰ ਅਗਲਾ ਪੇਪਰ 8ਵੀਂ ਜਮਾਤ ਦਾ ਕਿਹੜੇ ਵਿਸ਼ੇ ਦਾ ਚਾਹੀਦਾ ਹੈ ਓਕੇ ਦੋਸਤੋ